ਪਛੜੇ ਖੇਤਰ ਵਿੱਚ ਵਧੀਆ ਸਿੱਖਿਆ ਪ੍ਰਦਾਨ ਕਰ ਰਹੇ ਦਾ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦਾ ਸਾਲਾਨਾ ਸਮਾਗਮ ਗਲਿਟਸ 2017 ਦੇ ਬੈਨਰ ਹੇਠ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਪਰਤਿੰਦਰ ਸਿੰਘ ਚਹਿਲ ਦੇ ਸਪੁੱਤਰ ਸਰਦਾਰ ਵਿਕਰਮ ਸਿੰਘ ਚਹਿਲ, ਪਟਿਆਲਾ ਰੇਂਜ ਦੇ DIG ਸਰਦਾਰ ਸੁਖਚੈਨ ਸਿੰਘ ਗਿੱਲ ਅਤੇ ਸਰਦਾਰ ਨਿਰਮਲ ਸਿੰਘ ਹਰਿਆਓ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਵਿੱਦਿਆ ਖੇਤਰ ਵਿੱਚ ਡਾਕਟਰੀ ਖੇਤਰ ਵਿੱਚ ਦਾਖਲਾ ਲੈ ਚੁੱਕੇ 7 ਵਿਦਿਆਰਥੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਉੱਚ ਸਥਾਨ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। DIG ਸਾਹਿਬ ਨੇ ਸਮਾਗਮ ਨੂੰ ਸੰਬੋਧਿਤ ਕਰਦਿਆਂ ਸਕੂਲ ਦੇ ਸਿੱਖਿਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇੱਕ ਤਾਂ ਬੜਾ ਅੱਛਾ ਲੱਗਿਆ ਕਿ ਇੱਦਾਂ ਰੂਰਲ ਏਰੀਆ ਦੇ ਵਿੱਚ ਇੰਨਾ ਅੱਛਾ ਔਰ ਸਟੈਂਡਰਡ ਦਾ ਸਕੂਲ ਬਣਿਆ ਹੋਇਆ ਵਾ, ਔਰ ਜੋ ਇਹਨਾਂ ਦੇ ਰਿਜ਼ਲਟਸ ਆ, ਜਿੱਦਾਂ ਮੇਰੀ ਡਿਸਕਸ਼ਨ ਹੋਈ, ਬਹੁਤ ਅੱਛੇ ਰਿਜ਼ਲਟਸ ਆ। 7 ਬੱਚਿਆਂ ਨੂੰ ਇੱਥੋਂ ਲਾਸਟ ਈਅਰ MBBS ਦੇ ਵਿੱਚ ਸੀਟ ਮਿਲੀ ਆ। ਸੋ ਮੈਂ ਬਹੁਤ ਅੱਛਾ ਫੀਲ ਕਰ ਰਿਹਾ ਜੀ ਇੱਥੇ ਆ ਕੇ, ਔਰ ਬੱਚਿਆਂ ਨੂੰ ਤਾਂ ਇਹੀ ਹੈ ਕਿ ਵੀ ਹੋਰ ਮਿਹਨਤ ਕਰੋ, ਔਰ ਲਾਈਫ ਦੇ ਵਿੱਚ ਜੇ ਪ੍ਰੋਗਰੈਸ ਕਰਨੀ ਹੋਵੇ ਤਾਂ ਉਹਦਾ ਇੱਕ ਹੀ ਬੇਸ ਹੁੰਦਾ ਹੈ, ਦੈਟ ਇਜ਼ ਕਿ ਚੰਗੀ ਐਜੂਕੇਸ਼ਨ ਪ੍ਰਾਪਤ ਹੋਵੇ, ਔਰ ਉਹਦੇ ਵਾਸਤੇ ਸਕੂਲ ਜਿਹੜਾ ਬਹੁਤ ਅੱਛੀਆਂ ਸੇਵਾਵਾਂ ਨਿਭਾ ਰਿਹਾ ਹੈ। ਇਸ ਤਰ੍ਹਾਂ ਦਾ ਉਪਰਾਲਾ ਕੋਈ ਸਕੂਲ ਜਿਵੇਂ ਨਸ਼ੇ ਨੂੰ ਰੋਕਣ ਵਾਸਤੇ ਤੁਹਾਡਾ ਮਤਲਬ ਗਿਆ ਕਿ ਕੀ ਕਹਿਣਾ ਚਾਹੀਦਾ? ਇਹ ਤਾਂ ਜੀ ਜਿਹੜਾ ਨਸ਼ਾ ਹੈ ਜਿਹੜਾ ਉਹ ਉੱਥੇ ਹੀ ਆਉਂਦਾ ਹੈ, ਅਨਇੰਪਲੋਇਮੈਂਟ ਤੋਂ ਆਉਂਦਾ ਹੈ, ਗਲਤ ਰਸਤੇ 'ਤੇ ਜਦੋਂ ਕੋਈ ਚੱਲਦਾ ਉਦੋਂ ਆਉਂਦਾ ਹੈ, ਔਰ ਜੇ ਚੰਗੀ ਐਜੂਕੇਸ਼ਨ ਮਿਲੇਗੀ, ਚੰਗੀ ਇੰਪਲੋਇਮੈਂਟ ਮਿਲੇਗੀ, ਚੰਗੀ ਸਿਹਤ ਮਿਲੇਗੀ ਐਜੂਕੇਸ਼ਨ ਦੇ ਨਾਲ, ਸੋ ਇਹ ਜਿੰਨੇ ਵੀ ਅੱਛੇ ਸਕੂਲ ਜਿਹੜੇ ਹੁੰਦੇ ਆ ਉਹ ਸਿੱਧੇ ਜਾਂ ਸਿੱਧੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਬਿਮਾਰੀ ਤੋਂ ਸਾਨੂੰ ਬਚਾਉਣ ਦੇ ਵਿੱਚ ਪੂਰੀ ਪੂਰੀ ਮਦਦ ਕਰਦੇ ਆ, ਔਰ ਇਸ ਏਰੀਆ ਦੇ ਵਿੱਚ ਜਿਹੜੇ ਵੀ ਬੱਚੇ ਸਕੂਲ 'ਚ ਪੜ੍ਹ ਰਹੇ ਆ, ਜਿਸ ਤਰ੍ਹਾਂ ਦੀ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ, ਉਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਿਚਕਾਰ ਹੋ ਸਕਦਾ। ਥੈਂਕ ਯੂ। ਇੱਥੇ ਅਸੀਂ ਬੱਚਿਆਂ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਰੱਖਿਆ, ਸਪੈਸ਼ਲੀ ਉਹਨਾਂ ਦਾ ਜਿਨ੍ਹਾਂ ਨੇ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਅਚੀਵਮੈਂਟਸ ਕੀਤੀਆਂ ਨੇ, ਔਰ ਇਹ ਸਟੂਡੈਂਟਸ ਦੀ ਮੋਟੀਵੇਸ਼ਨ ਵੀ ਆ, ਉਹ ਸਟੂਡੈਂਟਸ ਮੋਟੀਵੇਟ ਕਰਨ ਮੋਟੀਵੇਸ਼ਨਲ ਹੈਗੇ ਆ ਬੱਚਿਆਂ ਲਈ ਇਹ। ਔਰ ਸੈਕਿੰਡ ਥਿੰਗ ਹੈ ਕਿ ਅਸੀਂ ਸਟੂਡੈਂਟਸ ਨੂੰ ਆਲਰਾਊਂਡ ਡਿਵੈਲਪਮੈਂਟ ਕਰਦੇ ਹਾਂ, ਸਪੋਰਟਸ ਵੀ ਪਲੱਸ ਕਲਚਰਲ ਆਈਟਮਸ ਜਿਹੜੇ ਸਾਰੇ ਬੱਚੇ ਪ੍ਰੈਜੈਂਟ ਕਰ ਰਹੇ ਆ, ਉਹਨਾਂ ਦਾ ਕੋਨਫੀਡੈਂਸ ਲੈਵਲ ਹਾਈ ਕਰਨ। ਕੀ ਸਕੂਲ ਦੀ ਪ੍ਰਾਪਤੀ ਹੈਗੀ ਇਸ ਟਾਈਮ? ਸਕੂਲ ਦੇ ਸਾਡੇ ਇਸ ਸਾਲ ਦੇ ਵਿੱਚ 14 ਬੱਚਿਆਂ ਦੇ ਵਿੱਚੋਂ 7 ਬੱਚੇ ਡਾਕਟਰ ਬਣੇ ਆ, ਅਤੇ ਇੱਕ ਲੜਕੀ ਹੈ ਜਿਸਨੇ ਕਾਮਰਸ ਦੀ ਲੜਕੀ ਸੀ, ਉਹਦਾ CA CPT ਕਰੈਕ ਹੋਇਆ, ਦਿੱਲੀ ਯੂਨੀਵਰਸਿਟੀ 'ਚ ਉਹਦਾ ਐਡਮਿਸ਼ਨ ਹੋਇਆ, ਔਰ ਬਾਕੀ ਦੂਸਰੇ ਵੀ ਜਿਹੜੇ ਸਟੂਡੈਂਟਸ ਨੇ ਲਾਈਕ ਜਿਨ੍ਹਾਂ ਦੇ ਕੋਲ ਨੋਨ ਮੈਡੀਕਲ ਸੀਗਾ, ਉਹਨਾਂ ਦਾ BTECH ਦੇ ਵਿੱਚ ਥਾਪਰ ਪੰਜਾਬ ਯੂਨੀਵਰਸਿਟੀ, ਮਤਲਬ ਇੱਕ ਛੋਟੇ ਜਿਹੇ ਕਸਬੇ ਤੋਂ ਬੱਚੇ ਜਦੋਂ ਬਾਹਰ ਵੱਡੇ ਸ਼ਹਿਰਾਂ 'ਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਆ, ਤਾਂ ਰੀਅਲੀ ਇਹ ਸਾਡੇ ਲਈ ਨਹੀਂ ਪੂਰੇ ਕਸਬੇ ਲਈ ਹੀ ਮਾਣ ਦੀ ਗੱਲ। ਖੇਡਾਂ ਦੇ ਵਿੱਚ ਕਿੰਨੀ ਪ੍ਰਾਪਤੀ ਹੈ ਬੱਚੇ? ਖੇਡਾਂ ਦੇ ਵਿੱਚ ਸਾਡਾ ਇੱਕ ਬੱਚਾ ਹੁਣ IPL ਸਿਲੈਕਟ ਹੋਇਆ ਰੀਸੈਂਟ, ਉਸ ਤੋਂ ਪਹਿਲਾਂ 4 ਬੱਚੇ ਸਾਡੇ ਲੋਨ ਟੈਨਿਸ ਇੰਟਰਨੈਸ਼ਨਲ ਖੇਡ ਕੇ ਆਏ ਹਾਂ, ਔਰ ਰੀਸੈਂਟਲੀ IPL ਦੇ ਵਿੱਚ ਜੋਬਨਪ੍ਰੀਤ ਬੱਚਾ ਹੈਗਾ, ਉਹਦਾ ਸਿਲੈਕਸ਼ਨ ਹੋਇਆ ਐਜ਼ ਅ ਫਾਸਟ ਬੋਲਰ। ਕੀ ਮੈਸੇਜ ਤੁਹਾਡਾ ਹੈਗਾ ਬੱਚਿਆਂ ਨੂੰ? ਮੈਸੇਜ ਇਹੀ ਹੈ ਕਿ ਆਲਰਾਊਂਡ ਡਿਵੈਲਪਮੈਂਟ ਮਸਟ ਹੈ ਬੱਚਿਆਂ ਲਈ, ਔਰ ਕੋਨਫੀਡੈਂਸ ਲੈਵਲ ਨੂੰ ਹਾਈ ਕਰਨ ਵਾਸਤੇ, ਵੈਸੇ ਤਾਂ ਐਕੇਡੈਮਿਕ ਪਾਰਟ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਉਸ ਨੂੰ ਇਗਨੋਰ ਕਰਨ ਤੋਂ ਬਿਨਾਂ ਸਾਨੂੰ ਇਹ ਹੈ ਕਿ ਇਸ ਟਾਈਮ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਉਹ ਆਪਣਾ ਕਲਚਰਲ ਥਿੰਗਸ ਵੱਲ ਅਟਰੈਕਟ। ਇਟਸ ਓਕੇ, ਫਾਈਨ। ਪਰਫੋਰਮੈਂਸ ਐਂਡ ਇੰਟਰਨੈਸ਼ਨਲ
Dinesh Goyal, Divyansh and Dipanshi, Jovanpreet, please come. Doesn't dance make one blissful? Doesn't it free you from every down care? But more than just moving your hands and legs, dance is actually a way to... ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼।